ਵਿੱਚ ਆਪਾਂ ਬੈਠੇ ਆਂ ਆਪ ਭਲੀ ਭਾਤ ਜਾਣਦੇ ਹੋ ਕਿ ਜਦੋਂ ਵੀ ਖਾੜਕੂ ਸੰਘਰਸ਼ ਦੀ ਗੱਲ ਚੱਲਦੀ ਆ ਤੇ ਮਾਲਵੇ ਦਾ ਇਹ ਸੈਟ ਸਿਰਕਟ ਨਗਰ ਬੁੱਧ ਸਿੰਘ ਵਾਲਾ ਤੇ ਜਦੋਂ ਬੁੱਧ ਸਿੰਘ ਵਾਲੇ ਦਾ ਨਾਮ ਆਉਂਦਾ ਤੇ ਤੁਹਾਡੀਆਂ ਅੱਖਾਂ ਮੂਰੇ ਇੱਕ ਇੱਕ ਤਸਵੀਰ ਆਉਂਦੀ ਹੈ ਉਹ ਤਸਵੀਰ ਕੀ ਦੀ ਹੈ ਇਹ ਬਿਆਨ ਕਰਨ ਦੀ ਲੋੜ ਨਹੀਂ ਆਪ ਜੀ ਨੂੰ ਪਤਾ ਏ ਕਿ ਸ਼ਹੀਦ ਜਥੇਦਾਰ ਭਾਈ ਗੁਰਜੰਡ ਸਿੰਘ ਜੀ ਬੋਸ ਸਿੰਘ ਵਾਲਾ ਅੱਜ ਕੌਮ ਵਿੱਚੇ ਦੁੱਧਾਂ ਪਾਈਆਂ ਜਾਂਦੀਆਂ ਕਿ ਜਿਹੜੇ ਸੰਘਰਸ਼ਾਂ ਇਹ ਕੱਲ ਦੇ ਜਵਾਬਕ ਲੜ ਰਹੇ ਆ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਨਾ ਕਿ ਜਦੋਂ ਭਾਈ ਗੁਰਜੰਡ ਸਿੰਘ ਜੀ ਬੋਸ ਸਿੰਘ ਵਾਲਾ ਇਸ ਸੰਘਰਸ਼ ਦੇ ਵਿੱਚ ਤੁਰੇ ਸੀ ਉਹਨਾਂ ਦੀ ਉਮਰ ਕਿੰਨੀ ਸੀ ਜਦੋਂ ਬੀਬੀ ਕਾਣਕੌਰ ਦੇ ਗੁਰਦੁਆਰੇ ਮੋਗੇ ਜ਼ਿਲ੍ਹੇ ਚ ਗੋਲੀ ਚੱਲੀ ਸੀ ਹਕੂਮਤ ਨੇ ਜ਼ੁਲਮ ਦੀ ਇੰਤਿਹਾਈ ਕੀਤੀ ਸੀ ਜਿੱਥੇ ਰੋਡੇ ਪਰਿਵਾਰ ਦੇ ਸੰਘ ਸ਼ਹੀਦ ਹੋਏ ਸੀ ਉਹ ਦੋਨਾਂ ਦੀ ਉਮਰ ਕਿੰਨੀ ਸੀ ਅੱਜ ਇਸ ਸੰਘਰਸ਼ ਨੂੰ ਆਪਾਂ ਉਮਰਾਂ ਨਾ ਵੇਖਣ ਲੱਗ ਪਏ ਆ ਕੀ ਹੋ ਗਿਆ ਸਾਡੀ ਕੌਮ ਨੂੰ ਕਿੰਨੇ ਸਿਰ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਅਸੀਂ ਦੇ ਚੁੱਕੇ ਆ ਤੇ ਸਾਡੇ ਕੋਲ ਭੁੱਖ ਕੀ ਨਿਕਲਿਆ ਤੁਸੀਂ ਕਿਉਂ ਵੇਟ ਕਰਦੇ ਆ ਕਿ ਜਦੋਂ ਕੋਈ ਨੌਜਵਾਨ ਕੌਮ ਦੀ ਅਗਵਾਈ ਕਰੇ ਤੇ ਹਕੂਮਤ ਉਹਦਾ ਸਿਰ ਕਤਲ ਕਰਕੇ ਤੁਹਾਡੀ ਝੋਲੀ ਚ ਪਾਵੇ ਤੇ ਫਿਰ ਤੁਸੀਂ ਜਾਗਣਾ ਹੁੰਦਾ ਅੱਜ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਸਾਡੇ ਜਥੇਦਾਰ ਸਾਹਿਬ ਆ ਉਹ ਆਏ ਆ ਅਸੀਂ ਸੱਦਿਆ ਉਹਨਾਂ ਨੂੰ ਦੁਬਈ ਤੋਂ ਕਿਉਂਕਿ ਉਦੋਂ ਲੋਕਾਂ ਨੇ ਗੱਲਾਂ ਕੀਤੀਆਂ ਸੀ ਕਿ ਤੁਹਾਡਾ ਜਥੇਦਾਰ ਆਨਲਾਈਨ ਗੱਲਾਂ ਕਰਦਾ ਅਸੀਂ ਚੁੱਪ ਰਹੇ ਬਾਈ ਦੀਪ ਸਿੱਧੂ ਨੂੰ ਸਰਕਾਰ ਸਾਡੇ ਹੱਥਾਂ ਚੋਂ ਖੋ ਕੇ ਲੈ ਗਈ ਉਹ ਵੀ ਉਸ ਵੇਲੇ ਜਦੋਂ ਧਰਮ ਦੀ ਰਾਜਨੀਤੀ ਦੀ ਸਪੇਸ ਕੌਮ ਭਰਨ ਜਾ ਰਹੀ ਸੀ ਜਦੋਂ ਅੰਮ੍ਰਿਤਸਰ ਦਾ ਇਲੈਕਸ਼ਨ ਪੂਰਾ ਸਿਰੇ ਤੇ ਚਲਾ ਗਿਆ ਸੀ ਉਸ ਸਿਰੇ ਦੇ ਇਲੈਕਸ਼ਨ ਦੇ ਵਿੱਚੋਂ ਹਕੂਮਤ ਬਾਈ ਦੀਪ ਸਿੱਧੂ ਨੂੰ ਸਾਡੇ ਹੱਥਾਂ ਚੋਂ ਖੋਕੇ ਲੈ ਗਈ ਤੇ ਅਸੀਂ ਹੱਥ ਮਲਦੇ ਰਹਿ ਗਏ ਉਸ ਸਮੇਂ ਇਹ ਗੱਲ ਕਹੀ ਗਈ ਕਿ ਦੀਪ ਸਿੱਧੂ ਨੂੰ ਸਾਂਭਿਆ ਨਹੀਂ ਗਿਆ ਜੀ ਅਸੀਂ ਨਾਲ ਸੀ ਉਸ ਸਮੇਂ 11 ਫਰਵਰੀ ਨੂੰ ਭਾਈ ਮਾਨ ਸਿੰਘ ਮਾਨ ਦੀ ਕੈਂਪੇਨ ਦੇ ਵਿੱਚ ਫਤੇਗੜ ਸਾਹਿਬ ਮੈਂ ਬਾਈ ਦੀਪ ਸਿੱਧੂ ਦੇ ਨਾਲ ਸੀ ਬਾਈ ਕੁਲਵੰਤ ਸਿੰਘ ਰਾਉਕੇ ਬਾਈ ਅਮਨ ਬਰਾੜ ਇਹ ਸਾਰੇ ਅਸੀਂ ਉਸ ਸਮੇਂ ਨਾਲ ਸੀ ਤੇ ਬਾਈ ਨੂੰ ਮੈਂ ਗੱਲ ਕਹੀ ਸੀ ਕਿ ਦਸਤਾਰ ਸਜਾਲੀ ਆ ਤੇ ਅੰਮ੍ਰਿਤ ਦੀ ਤਿਆਰੀ ਆ ਫਿਰ ਉਹ ਕਹਿੰਦਾ ਵੀ ਬਾਈ ਹੁਣ ਤਾਂ ਪੂਰੀ ਤਿਆਰੀ ਆ ਬਸ ਥੋੜੀ ਜੀ ਦਾੜੀ ਵੱਧ ਜਾਣੀ ਆ ਤੇ ਆਪਾਂ ਅੰਮ੍ਰਿਤ ਛਕ ਲੈਣਾ ਹਕੂਮਤ ਅੰਮ੍ਰਿਤ ਛਕਾਉਣ ਤੇ ਛਕਣ ਤੋਂ ਇੰਨਾ ਡਰਦੀ ਆ ਕਿ ਬਾਈ ਦੀਪ ਸਿੱਧੂ ਨੂੰ ਉਹਦੀ ਇਹ ਇੱਛਾ ਸੀ ਕਿ ਅੰਮ੍ਰਿਤ ਛਕਣਾ ਉਹਦੋਂ ਪਹਿਲਾਂ ਸਾਡੇ ਹੱਥਾਂ ਚ ਖੋਕੇ ਲੱਗੀ ਆ ਅੱਜ بڑے ਨੈਰੇਟਿਵ ਬڑے ਵਰਤਾਂਤ ਸਿਰਜੇ ਜਾ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਮੈਂ ਜਾਣ ਤੋਂ ਬਾਅਦ ਚ ਗੱਲਾਂ ਕਰਨ ਵਾਲਾ ਬੰਦਾ ਨਹੀਂ ਮੈਂ ਬਾਈ ਦੀਪ ਸਿੱਧੂ ਦੇ ਜਉਂਦਿਆ ਵੀ ਇਹ ਗੱਲਾਂ ਕੀਤੀਆਂ ਸੀ ਤੇ ਅੱਜ ਭਾਈ ਅਮਰਤਪਾਲ ਸਿੰਘ ਮੌਜੂਦ ਗੁਰੂ ਦੀ ਹਜ਼ੂਰੀ ਵਿੱਚ ਜੇ ਇੱਕ ਵੀ ਗੱਲ ਝੂਠ ਹੋਵੇ ਤੇ ਵਾਹਿਗੁਰੂ ਅਗਲੇ ਦਿਨ ਹੀ ਸਾਡੇ ਸੁਆਸ ਖਤਮ ਕਰ ਦੇਵੇ ਪਰ ਸਾਨੂੰ ਕਦੋਂ ਜਾਗ ਆਊਗੀ ਭਾਈ ਅਮਰਤਪਾਲ ਸਿੰਘ ਦੁਬਈ ਸੀ ਅਸੀਂ ਇੱਥੇ ਸੱਦ ਲਏ 5 ਘੰਟੇ ਇਨਵੈਸਟੀਗੇਸ਼ਨ ਹੋਈ ਆ 에ਰਪੋਰਟ ਤੇ ਇਹ ਗੱਲਾਂ ਤੁਹਾਨੂੰ ਨਹੀਂ ਦੱਸੀਆਂ ਕਿਉਂਕਿ ਜੇ ਅਸੀਂ 10-10 ਕੇ ਗੱਲਾਂ ਤੁਰਿਏ ਤੇ ਫਿਰ ਗੱਲਾਂ ਦਸਣ ਚ ਉਮਰ ਨਾ ਗਈ ਆ ਨੀ ਆ ਤੇ ਕੌਮ ਦਾ ਸੰਘਰਸ਼ ਕਿਸ ਰਾ ਤੁਰ ਜਾਣਾ ਇਹਦੇ ਬਾਰੇ ਕਿਹਨੇ ਖਿਆਲ ਕਰਨਾ ਪ੍ਰਾਣੇ ਜਿਨ੍ਹਾਂ ਨੇ ਸਾਲਟਾ ਚੱਕ ਚੱਕ ਕੇ ਲੜਿਆ ਜਿਹੜੇ ਉਹ ਵੀ ਕਦੇ ਜਵਾਨ ਸੀ ਜਵਾਨੀ ਦੇ ਸਿਰ ਹਮੇਸ਼ਾ ਕੌਮ ਦਾ ਭਾਰ ਰਹਿੰਦਾ ਤੇ ਜਵਾਨ ਜਿਹੜੇ ਆ ਉਹ ਸ਼ਹਾਦਤਾਂ ਦੇ ਕੇ ਚਲੇ ਜਾਂਦੇ ਆ ਤੁਸੀਂ ਜਥੇਦਾਰ ਭਾਈ ਗੁਰਜਨ ਸਿੰਘ ਬੋਦ ਸਿੰਘ ਦੀ ਤਸਵੀਰ ਦੇਖੋ ਤੁਸੀਂ ਭਾਈ ਕੁਲਵੰਤ ਸਿੰਘ ਖਖਰਾਣਾ ਦੀ ਤਸਵੀਰ ਦੇਖੋ ਤੁਸੀਂ ਭਾਈ ਮਨੋਰ ਸਿੰਘ ਧੀਰੇ ਦੀ ਤਸਵੀਰ ਦੇਖੋ ਇੱਥੇ ਭਾਈ ਸੇ ਭਾਈ ਮਨਜਿੰਦਰ ਸਿੰਘ ਈਸੀ ਬੈਠੇ ਆ ਜਿਨ੍ਹਾਂ ਨੇ ਕੌਮ ਦਾ ਸੰਘਰਸ਼ ਲੜਿਆ ਜਦੋਂ ਭਰਾਵਾਂ ਦੇ ਕੋਲੋਂ ਭਰਾ ਵਿਸਰਦੇ ਆ ਉਸ ਸੰਘਰਸ਼ੀ ਯੋਧਿਆਂ ਨੂੰ ਪਤਾ ਹੁੰਦਾ ਏ ਕਿ ਜਦੋਂ ਸੰਘਰਸ਼ ਦੇ ਜਥੇਦਾਰ ਜਾਂਦੇ ਆ ਤੇ ਕੌਮ ਕਿਵੇਂ ਸਖਣੀ ਹੋ ਜਾਂਦੀ ਹੈ ਅੱਜ ਤੋਂ 38 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਮਹਾਂਪੁਰਖਾ ਬਾਰੇ ਨੈਰੇਟਿਵ ਖੜਾ ਕੀਤਾ ਗਿਆ ਕੀ ਕੀਤਾ ਸੀ ਸੰਤਾ ਨੇ ਕੀ ਕਰ ਰਹੇ ਸੀ ਸੰਤ ਜਰਨੈਲ ਸਿੰਘ ਅੱਜ ਮੈਂ ਆਪਦੀ ਕੌਮ ਨੂੰ ਪੁੱਛਣਾ ਚਾਹੁੰਦਾ ਇੱਕ ਸਾਲ ਹੋ ਗਿਆ ਬਾਈ ਦੀਪ ਸਿੱਧੂ ਨੂੰ ਤੁਸੀਂ ਗੱਲਾਂ ਕੀਤੀਆਂ ਇਨਕੁਆਇਰੀ ਕਿੱਥੇ ਆ ਤੁਸੀਂ ਗੱਲਾਂ ਕੀਤੀਆਂ ਕਿ ਜੱਤ ਵਾਰਸਪੰਜਾਬ ਦੀ ਜਥੇਬੰਦੀ ਕੀ ਕਰਦੀ ਆ ਤੁਸੀਂ ਗੱਲਾਂ ਕੀਤੀਆਂ ਕਿ ਭਾਈ ਅਮਰਤਪਾਲ ਸਿੰਘ ਕੀ ਕਰਦਾ ਅੱਜ ਮੈਂ ਜਵਾਬ ਦਿੰਨਾ ਇਸ ਤਰ੍ਹਾਂ ਖੜ ਕੇ ਇਹ ਗੱਲਾਂ ਦੇ ਜਵਾਬ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਅੱਗੇ ਤੁਸੀਂ ਤੈਅ ਕਰਨਾ ਕਿ ਕੌਮ ਦੇ ਵਿੱਚ ਰਹਿ ਕੇ ਗੁਲਾਮੀ ਦੇ ਵਿੱਚ ਰਹਿ ਕੇ ਛਤਰ ਖਾਨੇ ਆ ਤੇ ਜਾਂ ਕੋਈ ਸੰਘਰਸ਼ ਕਰਨਾ ਤੇ ਮਰਨਾ ਕਿਹਨੇ ਨਹੀਂ ਕੋਈ ਹਾਰਟ ਅਟੈਕ ਨਾਲ ਮਰੀ ਜਾਂਦਾ ਕੋਈ ਟੀਕੇ ਵਾਲੀਆਂ ਸਿਰੰਜਾ ਲਾ ਕੇ ਮਰੀ ਜਾਂਦਾ ਕੋਈ दारू ਪੀ ਕੇ ਨਾਲੀ ਚ ਡਿੱਗਿਆ ਪਿਆ ਏ ਇਸ ਕਰਕੇ ਅਕਾਲ ਤੱਕ ਸਹਿਤ ਨੂੰ ਟੋਵਾਇਆ ਸੀ ਆਪਾਂ ਸ਼ਾਂਤ ਜਰਨੈਲ ਸਿੰਘ ਮਹਾਂਪੁਰਖਾ ਦਾ ਕੰਮ ਕੀ ਸੀ ਅਮਰਤ ਛਕਾਉਣਾ ਤੇ ਨੌਜਵਾਨਾਂ ਦੇ ਨਸ਼ੇ ਛਡਾਉਣੇ ਤੇ ਧੀਆਂ ਭੈਣਾਂ ਦੇ ਘਰ ਵਸਾਉਣੇ ਜੇ ਅੱਜ ਉਹਨਾਂ ਨਕਸ਼ੇ ਕਦਮਾਂ ਤੇ 38 ਸਾਲ ਬਾਅਦ ਜੇ ਕੋਈ ਇਨਸਾਨ ਤੁਰਿਆ ਤੇ ਅੱਜ ਫੇਰ ਉਹੀ ਗੱਲਾਂ ਤੇ ਤੁਸੀਂ ਗੱਲਾਂ ਵਿੱਚ ਬਹੁਤ ਛੇਤੀ ਆ ਜਾਂਦੇ ਆ ਜਿੰਨਾ ਜਿੰਨਾਂ ਨੂੰ ਇਹ ਛੇਤੀ ਆ ਕਿ ਭਾਈ ਅਮਰਤਪਾਲ ਸਿੰਘ ਕੁਰਬਾਨੀ ਦੇਣ ਅੱਜ ਅਸੀਂ ਇਸ ਸਟੇਜ ਤੋਂ ਕਹਿੰਦੇ ਆ ਕਿ ਗੁਰੂ ਸਾਹਿਬ ਕਿਰਪਾ ਕਰੇ ਕੁਰਬਾਨੀ ਕਿਦੇ ਹਿੱਸੇ ਆਉਣੀ ਆ ਉਹ ਤਾਂ ਭੁੱਖ ਦੇ ਵਿੱਚ ਗੁਰੂ ਸਾਹਿਬ ਨੂੰ ਪਤਾ ਏ ਪਰ ਜੇ ਤੁਹਾਡੀ ਇਹ ਇੱਛਾ ਏ ਆ 2-4 ਸਾਲਾਂ ਦੇ ਵਿੱਚ ਜਿੰਨਾ ਸਾਡੇ ਤੋਂ ਸੰਘਰਸ਼ ਹੁੰਦਾ ਉਹਨਾਂ ਅਸੀਂ ਕਰਦੇ ਆ ਤੇ ਹਕੂਮਤ ਨੇ ਜ਼ੁਲਮ ਕਰਨ ਦੇ ਵਿੱਚ ਇੰਤਿਹ੍ਹਾ ਕਰ ਦਿੱਤੀ ਆ ਜਿੱਥੇ ਸਾਡੇ ਬੰਦੀ ਸਿੰਘ ਐਨੇ ਟਾਈਮ ਤੋਂ ਜੇਲਾ ਚ ਇਹ ਗੁਲਾਮੀ ਦੀ ਨਿਸ਼ਾਨੀ ਆ ਕਿ ਕੌਮ ਗੁਲਾਮ ਆ ਨਾ ਬਾਲਗਾ ਉੱਤੇ ਆ ਤੁਹਾਨੂੰ ਸਿੰਘ ਦੀ ਉਮਰ ਕਿੰਨੀ ਆ ਇੱਕ 16-18 ਸਾਲ ਦੇ ਬੱਚੇ ਉੱਤੇ ਹਕੂਮਤ ਸਿਰਾਂ ਦੇ ਮੁੱਲ ਪਾ ਰਹੀ ਆ ਤੇ ਤੁਹਾਨੂੰ ਹਜੇ ਵੀ ਨਹੀਂ ਪਤਾ ਲੱਗ ਰਿਹਾ ਵੀ ਸੰਘਰਸ਼ ਚ ਸ਼ੁਰੂਆ ਕਿ ਨਹੀਂ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਆ ਮੈਂ ਅੱਜ ਪੁੱਛਣਾ ਚਾਹੁੰਦਾ ਸਾਨੂੰ ਨੀਂਦ ਨਹੀਂ ਆਉਂਦੀ ਅਸੀਂ ਘਰ-ਬਾਰ ਇਸ ਕਰਕੇ ਨਹੀਂ ਛੱਡੇ ਸੀ ਕਿ ਤੁਹਾਨੂੰ ਤਾਨੇ ਮੇਰੇ ਮਾਰੀਏ ਅਸੀਂ ਘਰ-ਬਾਰ ਇਸ ਕਰਕੇ ਛੱਡੇ ਆ ਕਿ ਜਦੋਂ 2012 ਦੇ ਵਿੱਚ ਮੈਂ ਇੱਕ ਮੈਗਜ਼ੀਨ ਪੜ੍ਹ ਰਿਹਾ ਸੀ ਉਹਦੇ ਵਿੱਚ ਜਥੇਦਾਰ ਸ਼ਹੀਦ ਭਾਈ ਗੁਰਜਨ ਸਿੰਘ ਵਲਾ ਦੀ ਸਟੋਰੀ ਲਿਖੀ ਹੋਈ ਸੀ ਜਦੋਂ ਮੈਂ ਉਸ ਸੰਪਾਦਕ ਨੂੰ ਪੁੱਛਿਆ ਕਿ ਜਥੇਦਾਰ ਗੁਰਜਨ ਸਿੰਘ ਬੋਤ ਸਿੰਘ ਵਾਲੇ ਜਿਸ ਜਥੇ ਦੀ ਕਮਾਂਡ ਕਰਦੇ ਸੀ ਅੱਜ ਉਹ ਕਿੱਥੇ ਆ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਉਹਨਾਂ ਦੇ ਨਾਲ ਹੀ ਜਦੋਂ ਉਹ ਸ਼ਹਾਦਤ ਹੋਈ ਇਹ ਖਤਮ ਹੋ ਗਿਆ ਉਸ ਦਿਨ ਤੇ ਉਹ ਮਨ ਦੇ ਵਿੱਚ ਇਹ ਸੰਕਲਪ ਲਿਆ ਸੀ ਕਿ ਜਥੇਦਾਰ ਗੁਰਜਨ ਸਿੰਘ ਬੋਤ ਸਿੰਘ ਵਾਲੇ ਦਾ ਸੰਘਰਸ਼ ਖਤਮ ਨਹੀਂ ਹੋਇਆ 1947 ਦੇ ਵਿੱਚ 1995 ਦੇ ਵਿੱਚ ਦਾਸ ਦਾ ਜਨਮ ਹੋਇਆ ਏ ਤੇ ਉਸ ਤੋਂ ਪਹਿਲਾਂ ਭਾਈ ਸਾਹਿਬ ਦੀ ਸ਼ਹਾਦਤ ਹੋਈ ਹੈ ਜਥੇਦਾਰ ਗੁਰਜਨ ਸਿੰਘ ਬੋਦ ਸਿੰਘ ਵਾਲਿਆ ਦੀ ਤੇ ਉਸ ਦਿਨ ਤੋਂ ਮਨ ਦੇ ਵਿੱਚ ਇਹ ਖਿਆਲ ਕੀਤਾ ਸੀ ਕਿ ਜਥੇਦਾਰ ਗੁਰਜਨ ਸਿੰਘ ਬੋਦ ਸਿੰਘ ਵਾਲੇ ਦਾ ਸੰਘਰਸ਼ ਖਤਮ ਨਹੀਂ ਹੋਇਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਆਪਦੇ ਮੋਢਿਆਂ ਤੇ ਚੱਕਾਂਗੇ ਤੇ ਅੱਜ ਤੁਹਾਡੇ ਵਿੱਚ ਖੜੇ ਆਂ ਸ਼ਹੀਦ ਜਿਹੜੇ ਆ ਪ੍ਰੇਰਨਾ ਸਰੋਤ ਹੁੰਦੇ ਆ ਸ਼ਹਾਦਤ ਦੇ ਮੈਨੇ ਤੁਸੀਂ ਕੀ ਰੱਖ ਲੇ ਹਕੂਮਤ ਦੀ ਗੋਲੀ ਨਾਲ ਨੌਜਵਾਨ ਮਰੀ ਜਾ ਰਿਹਾ ਹਕੂਮਤ ਗੱਡੀਆਂ ਨੂੰ ਹਥਿਆਰ ਬਣਾ ਕੇ ਤੁਹਾਡੇ ਨੌਜਵਾਨਾਂ ਨੂੰ ਮਾਰ ਰਹੀ ਆ ਤੇ ਤੁਸੀਂ ਕੰਨਾਂ ਤੇ ਹੱਥ ਧਰ ਕੇ ਬੈਠੇ ਆ ਤੇ ਤੁਸੀਂ ਇਹ ਵੇਟ ਕਰ ਰਹੇ ਆ ਕਿ ਅਮਰਤਪਾਲ ਸਿੰਘ ਕਦੋਂ ਸ਼ਹਾਦਤ ਦੇ ਦੇਊਗਾ ਸ਼ਹਾਦਤ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲ ਸਕਦੀ ਪਰ ਸ਼ਹਾਦਤ ਦੇ ਮੈਨੇ ਕਿੱਡੇ ਵੱਡੇ ਆ ਸ਼ਹਾਦਤ ਹੋਈ ਹੈ ਸ਼ਹਾਦਤ ਦੇ ਨਾਲ ਮੈਂ ਲਾਸਟ ਗੱਲ ਬੋਲਨੀ ਆ ਪਿਆਰ ਦੇ ਕਿੱਡੇ ਵੱਡੇ ਮੈਨੇ ਹੁੰਦੇ ਆ ਸ਼ਹਾਦਤ ਹੋਈ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਤੇ ਸਿੱਖ ਪੰਥ ਦੀ ਝੋਲੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਸਾਹਿਬ ਨੇ ਧਾਰਨ ਕੀਤੀਆਂ ਸਿੱਖਾਂ ਨੂੰ ਰਾਜਨੀਤੀ ਤੇ ਸਿੱਖਾਂ ਨੂੰ ਜਿਹੜੇ ਧਰਮ ਦੀ ਜੀਵਨ ਜਾਂਚ ਦਿੱਤੀ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦੀ ਤੇ ਸਾਨੂੰ ਕੀ ਮਿਲਿਆ ਸਾਨੂੰ ਜਿੱਥੇ ਬੀਰਤਾ ਮਿਲੀ ਹੈ ਉੱਥੇ ਹੀ ਸਾਨੂੰ ਤਾਖਤ ਸ਼੍ਰੀ ਕੇਸਗੜ ਸਾਹਿਬ ਮਿਲਿਆ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਸਾਨੂੰ ਕੀ ਮਿਲਿਆ ਉੱਥੋਂ ਸਾਨੂੰ ਖਾਲਸਾ ਪੰਥ ਦਾ ਸਰੂਪ ਮਿਲਿਆ ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਇਹ ਸਰੂਪ ਘੜਿਆ ਜਿੱਥੋਂ ਬਾਣੀ ਬਾਣੇ ਦੀ ਰਵੈਤ ਚਲਾਈ ਗੁਰੂ ਸਾਹਿਬ ਨੇ ਕੌਮ ਇਕੱਠੀ ਕਰਨੀ ਆ ਸਾਰੇ ਗੱਲਾਂ ਕਰਦੇ ਆ ਕੌ